ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਸਵਾਗਤ ਆ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ 'ਤੇ। ਇਸ ਵੀਡੀਓ ਨੂੰ ਜਿਹੜੀ ਆਪਾਂ ਪਿਛਲੇ ਦਿਨ ਵੀਡੀਓ ਪਾਈ ਸੀਗੀ ਪਨੀਰੀ ਦੀ, ਆਪਾਂ ਕਹਿੰਦੇ ਕਿੰਨਾ ਬੀਜ ਪਾਉਣਾ ਕਿੰਨੀ ਜਗ੍ਹਾ ਦੇ ਵਿੱਚ, ਉਹਦੇ ਨਾਲ ਹੀ ਜੋੜ ਕੇ ਦੇਖ ਲਿਓ, ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਸੀ ਜਿਹੜੇ ਮਰਲੇ ਬਾਰੇ ਜਾਣਨਾ ਚਾਹੁੰਦੇ ਸੀ ਕਿ ਮਰਲੇ ਦੇ ਵਿੱਚ ਕਿੰਨਾ ਕੁ ਬੀਜ ਪਾਈਏ। ਤਾਂ ਤੁਸੀਂ ਆਪਾਂ ਤੁਹਾਨੂੰ ਇੱਕ ਫੋਟੋ ਨਾਲ ਲਾ ਦਾਂਗੇ ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਜਿਵੇਂ ਕਿ ਇਹ ਤੁਸੀਂ ਦੇਖ ਰਹੇ ਹੋ ਇੱਕ 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 ਕਰਮ ਆ, ਇਹ 9 ਕਰਮਾਂ ਲੰਬੀ ਆ ਅਤੇ 1 ਕਰਮ ਚੜਾਈ ਆ ਅਤੇ ਲੰਬਾਈ 9 ਕਰਮ ਆ। ਇਹ ਵੀ ਕਿਸਾਨ ਭਰਾਵੋ ਉਸ ਵੀਡੀਓ ਦੇ ਵਿੱਚ ਸ਼ਬਦ ਬੋਲਣ ਤੋਂ ਰਹਿ ਗਿਆ ਸੀ ਮਰਲਾ, ਪਰ ਦੱਸਣ ਦੀ ਕੋਸ਼ਿਸ਼ ਇਹੀ ਕੀਤੀ ਗਈ ਸੀ, ਇੱਥੇ ਗਲਤੀ ਰਹਿ ਗਈ ਸੀ ਕਿ ਮਰਲਾ ਸ਼ਬਦ ਨਹੀਂ ਬੋਲਿਆ ਗਿਆ ਸੀ। ਬਹੁਤ ਸਾਰੇ ਕਿਸਾਨ ਭਰਾ ਕਨਫਿਊਜ਼ਨ 'ਚ ਸੀ। ਇਸ ਜਗ੍ਹਾ ਦੇ ਵਿੱਚ ਇਹਨੂੰ ਤੁਸੀਂ ਮਰਲਾ ਮੰਨ ਕੇ ਚੱਲੋ, ਇਹ ਮਰਲਾ ਹੋ ਗਿਆ ਤਾਂ 2.5-2.25 ਤੋਂ ਲਾ ਕੇ 2.75-3 ਕਿਲੋ ਬੀਜ, ਤੁਹਾਡੇ ਬੀਜ ਉਸ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਘੱਟ ਵੱਧ ਪਾਉਣ ਬਾਰੇ, ਉਹ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ, ਉਹਦੇ ਨਾਲ ਜੋੜ ਕੇ ਇਸ ਨੂੰ ਦੇਖ ਲਿਓ ਅਤੇ ਇਹਦੇ ਵਿੱਚ ਤੁਸੀਂ ਇੰਨਾ ਕੁ ਬੀਜ ਪਾ ਸਕਦੇ ਹੋ। ਉਸ ਤੋਂ ਬਾਅਦ ਜੇਕਰ ਆਹ ਅਗਲੀ ਫੋਟੋ ਆ, ਇਹ ਵੀ ਇੱਕ ਮਰਲਾ ਬਣ ਗਿਆ ਕਿਸਾਨ ਭਰਾਵੋ, ਇਹ ਆਪਾਂ ਚੌਰਸ ਕਹਿ ਸਕਦੇ ਹਾਂ, ਲੰਬਾਈ ਦੇ ਵਿੱਚ ਸੀ। ਇਹਦੇ ਵਿੱਚ ਵੀ ਉਨਾ ਕੀ ਬੀਜ ਪਾਉਣਾ, 2.5-2 ਤੋਂ ਲਾ ਕੇ 2.75 ਕਿਲੋ ਤੱਕ, 2.5 ਕਿਲੋ, 2.25, 2.75 ਕਿਲੋ ਤੱਕ, ਇਸ ਤੋਂ ਵੱਧ ਜਾਂ ਘੱਟ ਬੀਜ ਬਿਲਕੁਲ ਨਹੀਂ ਪਾਉਣਾ, ਖਾਸ ਕਰਕੇ ਭਰਮਲ ਝੋਨੇ ਦਾ। ਹੁਣ ਜੇਕਰ ਗੱਲਬਾਤ ਕਰੀਏ ਕਿੰਨੇ ਸਕੇਅਰ ਫੁੱਟ ਦਾ ਹੁੰਦਾ, ਤੁਸੀਂ ਜੇਕਰ ਫੁੱਟਾਂ ਦੇ ਵਿੱਚ ਗਿਣਤੀ ਕਰਨੀ ਚਾਹੁੰਦੇ ਹੋ ਕਿਸਾਨ ਭਰਾਵੋ, ਤਾਂ ਜਿਹੜਾ 20 ਮਰਲੇ ਆਪਾਂ ਜੇਕਰ ਦੇਖੀਏ ਤਾਂ ਉਹ ਇੱਕ ਕਨਾਲ ਬਣ ਜਾਂਦੀ ਆ। ਤਾਂ ਇੱਕ ਮਰਲੇ ਦਾ ਜਿਹੜਾ ਆਪਾਂ ਸਕੇਅਰ ਫੁੱਟ ਦੀ ਜੇਕਰ ਗੱਲ ਕਰੀਏ ਕਿਸਾਨ ਭਰਾਵੋ, ਇਹ ਮਰਲੇ ਵੀ 2 ਹਿਸਾਬ ਦੇ ਹੁੰਦੇ, ਇੱਕ ਛੋਟਾ ਹੁੰਦਾ, ਇੱਕ ਸਟੈਂਡਰਡ ਸਾਈਜ਼ ਹੁੰਦਾ। ਛੋਟਾ ਤਾਂ ਜਿਹੜਾ ਮਰਲਾ ਆਪਾਂ ਕਹਿ ਦਈਏ ਸਕੇਅਰ ਫੁੱਟ ਆਉਂਦਾ, ਉਹਦੇ ਵਿੱਚ ਆਪਾਂ 230.64 ਸਕੇਅਰ ਫੁੱਟ, ਅਤੇ ਜਿਹੜਾ ਸਟੈਂਡਰਡ ਵੱਡਾ ਜਿਹੜੀ ਦੀ ਆਪਾਂ ਗੱਲਬਾਤ ਕਰ ਰਹੇ ਹਾਂਗੇ ਤਾਂ ਉਹ 272.25 ਵਰਗ ਸਕੇਅਰ ਫੁੱਟ ਆਉਂਦਾ ਗਾ ਜੇਕਰ ਇਹ ਗੱਲ ਕਰੀਏ। ਅਤੇ ਅੱਗੇ ਜੇਕਰ ਗਜ਼ਾਂ ਦੀ ਗੱਲ ਕਰੀਏ, ਬਹੁਤ ਸਾਰੇ ਕਿਸਾਨ ਭਰਾ ਗਜ਼ਾਂ ਤੱਕ ਪਹੁੰਚਣਾ ਚਾਹੁੰਦੇ ਹੁੰਦੇ ਨੇ, ਤਾਂ ਛੋਟੇ ਦਾ 22.96 ਅਤੇ ਵੱਡੇ ਦਾ 30.25 ਸਕੇਅਰ ਵਰਗ ਗਜ਼ ਆਉਂਦਾ ਗਾ, ਜਾਂ ਵਰਗ ਸਕੇਅਰ ਗਜ਼ ਕਹਿ ਲਈਏ ਆਪਾਂ। ਇਸ ਤਰੀਕੇ ਦੇ ਨਾਲ ਤੁਸੀਂ ਮਿਹਨਤੀ ਕਰਕੇ 2.25 ਤੋਂ ਲਾ ਕੇ 2.75 ਕਿਲੋ ਤੱਕ ਬੀਜ ਪਾ ਸਕਦੇ ਹੋ। ਮੇਰਾ ਖਿਆਲ ਆ ਜਿਹੜੀ ਗੱਲ ਉਸ ਵੀਡੀਓ ਦੇ ਵਿੱਚ ਨਹੀਂ ਸਮਝ ਲੱਗੀ ਸੀ, ਹੋ ਸਕਦਾ ਇਸ ਵੀਡੀਓ ਦੇ ਵਿੱਚ ਸਮਝ ਲੱਗ ਗਈ ਹੋਵੇ, ਕੋਸ਼ਿਸ਼ ਕਰਿਓ ਸਮਝਣ ਦੀ। ਧੰਨਵਾਦ ਵੀਡੀਓ ਦੇਖਣ ਲਈ।